ਹਾਂਜੀ ਗੁੱਡ ਮਾਰਨਿੰਗ ਪਲੱਸ 2 ਕਲਾਸ ਟੂਡੇ ਵੀ ਵੇਰ ਸੋਲਵ ਨੈਕਸਟ ਸਮ ਆਫ ਐਕਸਰਸਾਈਜ਼ 5th e ਕੱਲ ਤੁਸੀਂ ਇਹਦੇ 14 ਤੱਕ ਸਮ ਕੀਤੇ ਨੇ 15 ਸਮ ਦੇਖੋ ਰਾਜੇ ਇਹ tan 2 θ ਦਾ ਤੇ cos 2 θ ਦਾ ਫਾਰਮੂਲਾ ਬੰਦੂ ਸੇਕਰ ਨੂੰ cos ਇਨਵਰਸ ਚ ਚੇਂਜ ਕਰ ਦਿਓ ਤਾਂ ਤੁਸੀਂ tan ਨੂੰ ਪੁੱਟ ਕਰ ਲੈਣਾ ਸੌਰੀ x ਨੂੰ ਪੁੱਟ ਕਰ ਲਿਓ tan θ ਠੀਕ ਆ ਤਾਂ ਥੋੜਾ ਆਰਾਮ ਨਾਲ ਸੋਲਵ ਹੋਊਗਾ ਨੈਕਸਟ ਸਮ ਤੁਸੀਂ ਰਾਜੇ ਸੈਕਿੰਡ ਚੈਪਟਰ ਚ ਮੈਂ ਤੁਹਾਨੂੰ ਸੋਲਵ ਕਰਵਾਇਆ ਹੋਇਆ ਠੀਕਾ ਐਜ਼ ਇਟ ਇਜ਼ ਸਟੇਟਮੈਂਟਸ ਆ ਦਿਖਾ ਦਿੰਨੀ ਆ ਮੈਂ ਤੁਹਾਨੂੰ ਦੇਖੋ ਥਿਸ ਵਨ ਆਪਾਂ ਸਮ ਸੋਲਵ ਕੀਤਾ ਸੀ ਕੋਟ ਇੱਥੇ ਪ੍ਰੂਫ ਕਰਨਾ ਸੀ x/2 ਠੀਕਾ ਐਜ਼ ਇਟ ਇ ਸੇਮ ਸਮ ਤੁਹਾਨੂੰ ਮੈਂ ਕਰਵਾਇਆ ਹੋਇਆ ਇਹਦੀ ਵੈਲਿਊਜ਼ ਕਢਾ ਕੇ ਠੀਕਾ ਜਾਂ ਤੁਹਾਨੂੰ ਕਿਹਾ ਸੀ ਰੈਸ਼ੀਨਲਾਈਜ਼ ਕਰਕੇ ਕਰ ਲਿਓ ਜਾਂ ਇੱਥੇ a+b ਦੀ ਹੋਲ ਸਕੁਅਰ ਦਾ ਤੇ a-b ਦੀ ਹੋਲ ਸਕੁਅਰ ਦਾ ਫਾਰਮੂਲੇ ਬਣਾਏ ਸੀ ਆਪਾਂ ठीक है तो तीस ओ सम एज इट इज करके जो एक्स बाय टू आ गया दाय टू का डेरीवेटिव बाय टू ठीक है तेन थोड़ा प्रूव हो जो उन्हें क्या है डी वाई डी एक्स कह इनिपेंडेंट आना चाहता है इनडिपेंडेंट मतलब एक्स नहीं आनी चाहिए ठीक है तो वन बाय टू आऊगा एज इट इज सेम सम इतने बस फर्क की है इत कोट इतना एज इट इज सेम ठीक है डिस्टो ਨੈਕਸਟ ਜਿਹੜਾ ਸਾਮਾ ਇਹ ਆਪਾਂ ਕੱਲ ਵੀ ਇਹਦੇ ਨਾਲ ਦਾ 13 ਸਮ ਕੱਢਿਆ ਸੀ ਤਾਂ ਤੁਸੀਂ ਇੱਥੇ x ਨੂੰ cos θ ਪੁੱਟ ਕਰ ਲੈਣਾ ਤਾਂ 1 cos θ ਕੀ ਹੁੰਦਾ 2 cos² θ 2 ਦੇ ਠੀਕ ਹੈ ਤਾਂ ਤੁਸੀਂ ਕੀ ਆ ਥੱਲੇ ਵਾਲਾ 2 ਕੱਟਿਆ ਜਾਊ then ਥੋੜੀ ਟ੍ਰਿਕਸ ਫਾਰਮੂਲਾ ਲੱਗ ਜੂ ਰਾਮਨਾਥ ਪ੍ਰੂਫ ਆ ਜਾਣਾ ਨੈਕਸਟ ਸਮ b ਸੈਕਿੰਡ ਚੈਪਟਰ ਜਿਹੜਾ ਆਪਾਂ ਕੀਤਾ ਹੋਇਆ ਜਿਹਦੇ ਵਿੱਚ ਆਪਾਂ x² ਨੂੰ cos 2 θ ਪੁੱਟ ਕੀਤਾ ਸੀ ਠੀਕ ਹੈ ਐਜ਼ ਇਟ ਇਜ਼ ਸੇਮ ਆਪਾਂ ਇਹ ਵੀ ਕੀਤਾ ਹੋਇਆ ਦਾ ਆਨਸਰ ਆ ਆਇਆ ਸੀ ਠੀਕ ਆ ਦੇਖ ਲਿਓ ਉਹ ਚੈਪਟਰ ਦੇ ਵਿੱਚ ਆ ਆਨਸਰ ਆਇਆ ਸੀ ਇਹ ਤੁਹਾਨੂੰ ਡਿਫਰੈਂਸ਼ੀਅਲ ਕਰਨੀ ਆ ਤੁਸੀਂ then π/4 ਦਾ 0 1/2 ਐਜ਼ ਇਟ ਇਜ਼ cos ਦਾ ਕੀ ਹੁੰਦਾ -1 √1 x² ਹੁਣ ਉੱਥੇ x ਕੀ ਆ x² ਆ ਉਹਦਾ ਸਕੁਅਰ ਮਤਲਬ x⁴ ਫਿਰ ਐਂਗਲ ਦਾ ਡੈਰੀਵੇਟਿਵ ਉਹ 2x ਆ ਜੂ 2 ਨਾਲ 2 ਕੱਟਿਆ ਗਿਆ ਥਿਸ ਇ ਯੂਰ ਆਨਸਰ ਓਕੇ ਐਜ਼ ਇਟ ਇਜ਼ ਸੀਮ ਥੋਡੇ ਕੋਲੇ ਸੈਕਿੰਡ ਚੈਪਟਰ ਦੇ ਸਾਮ ਚੱਲ ਰਹੇ ਆ ਇਹ ਸਾਰੀ ਐਕਸਰਸਾਈਜ਼ ਜੀ ਠੀਕ ਐ ਨੈਕਸਟ ਸਮ ਜਸਟ ਕੀਤਾ ਇੱਥੇ ਪਲੱਸ ਆ ਇੱਥੇ ਮਾਈਨਸ ਆ ਦੋਨਾਂ ਚ ਇੱਕ ਪਾਰਟ ਕੋਈ ਵੀ ਕਰ ਲਿਓ ਠੀਕ ਐ ਨੈਕਸਟ ਜਿਹੜਾ ਇਹਦਾ 20 ਸਾਮ ਆ ਉਹਦੇ ਵਿੱਚ ਤੁਸੀਂ ਐਕਸ ਇਹ ਟ੍ਰਿਕ ਲੱਗ ਜਾਣੀ ਆ ਐਕਸ ਨੂੰ cos 2 θ ਇੱਥਾ ਪੁੱਟ ਕਰ ਲੈਣਾ ਠੀਕ ਆ ਟ੍ਰਿਕ ਲੱਗ ਕੇ ਥੋੜਾ ਆਰਾਮ ਨਾਲ ਸੋਲਵ ਹੋਊਗਾ tan ਇਨਵਰਸ ਨਾਲ ਕੱਟਿਆ ਜਾਣਾ 2 ਸਮਥਿੰਗ ਬਚੂਗਾ ਦੇਖ ਲਿਓ sin 2 θ ਦਾ ਫਾਰਮੂਲਾ ਬਣੂ sin ਇਨਵਰਸ ਦਾ ਤਾਉ ਥੋੜਾ ਸਾਈਨ ਕੱਟਿਆ ਜਾਣਾ ਆ ਰਾਮ ਨਾ ਪ੍ਰੂਫ ਆਊਗਾ ਠੀਕ ਹੈ ਥੈਨ ਥੋੜਾ 21 ਸਮ ਇਹ ਸੋਲਵ ਕੀਤਾ ਦੇਖੋ ਤਾਂ ਇਹਦੇ ਵਿੱਚ ਰਾਜੇ ਹੁਣ ਜਿਹੜੇ ਅਗਲੇ 3-4 ਸਮ ਆਏ ਚਾ ਨਾ ਆਪਾਂ ਜਿਹੜੇ ਸੈਕਿੰਡ ਚੈਪਟਰ ਚ ਕੋਸ ਇਨਵਰਸ ਸਾਈਨ ਇਨਵਰਸ ਦੇ ਫਾਰਮੂਲੇ ਕੀਤੇ ਸੀ ਉਹ ਅਪਲਾਈ ਕਰਾਂਗੇ ਤਾਂ ਤੁਹਾਡੇ ਕੋਲੇ ਕੀ ਆ y tan ਇਨਵਰਸ ਇਸ ਰਹਿ ਗਿਆ ਸੀ ਤਾਂ ਕਰਕੇ ਥੋੜਾ ਭੀੜਾ ਜਿਹਾ ਲਿਖਿਆ ਹੋਇਆ tan ਇਨਵਰਸ 5ax ਦਾ ਇਹਨੂੰ ਤੁਸੀਂ ਤੋੜ ਲੈਣਾ ਅਕੋਰਡਿੰਗ ਟੂ ਥੱਲੇ ਵਾਲੇ ਦੇ ਠੀਕ ਆ ਤਾਂ 5a ਨੂੰ ਕੀ ਲਿਖ ਸਕਦੇ ਹੋ 3a 2a then now ਹੁਣ ਆਪਣੇ ਕੋਲ ਜਿਹੜਾ tan ਇਨਵਰਸ x ਤੇ tan ਇਨਵਰਸ y ਦਾ ਫਾਰਮੂਲਾ ਸੀ ਉਹ ਸੀ ਜੇ ਪਲੱਸ ਸੀ ਤਾਂ ਉੱਤੇ x y ਥੱਲੇ 1 xy ਆਉਂਦਾ ਸੀ ਜੇ ਮਾਈਨਸ ਸੀ ਤਾਂ ਉੱਤੇ ਮਾਈਨਸ ਥੱਲੇ ਪਲੱਸ ਆਉਂਦਾ ਸੀ ਤਾਂ ਇੱਥੇ 1 ਆਉਂਦਾ ਸੀ ਤਾਂ ਇੱਥੇ ਤੁਸੀਂ 1 ਕਿਵੇਂ ਲਿਆਉਂਗੇ a² ਨਾਲ ਉੱਪਰ ਥੱਲੇ ਡਿਵਾਈਡ ਕਰ ਦੋ ਠੀਕ ਹੈ ਤਾਂ ਦੇਖੋ ਉੱਪਰ ਥੱਲੇ ਡਿਵਾਈਡ ਕਰ ਦੇਣਾ ਇੱਥੇ ਇੱਕ ਇਹਨੇ ਇਹ ਕੱਟੀ ਗਈ 3x ਓਵਰ a ਰਹਿ ਗਿਆ ਇੱਥੇ 2x ਓਵਰ a ਰਹਿ ਗਿਆ ਇੱਥੇ a ਬਣ ਗਿਆ ਨਾ ਹੁਣ ਇਹ ਤੁਹਾਡੇ ਕੋਲ ਇਹ ਫਾਰਮੂਲਾ ਬਣ ਗਿਆ xy 1 xy ਦੇਖੋ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੋਗੇ 6x² a² ਥਿਸ ਮੀਨ tan⁻¹x tan⁻¹y ਵਿੱਚ sin+ ਦਾ ਥੈਨ ਇਹਦਾ ਡਿਫਰੈਂਸ਼ੀਅਲ ਕਰ ਦਿਓ x ਦਾ ਸਕੁਅਰ ਉਹਦਾ ਡੈਰੀਵੇਟਿਵ x ਦਾ ਸਕੁਅਰ ਉਹਦਾ ਡੈਰੀਵੇਟਿਵ ਠੀਕ ਆ ਆ ਗਿਆ ਥੈਨ ਇਹਨੂੰ ਸੋਲਵ ਕਰ ਲਓ ਜਸਟ whole square 콜 ਤੇ 9x square over a square lcm ਲੈ ਲੋ a square ਉੱਤੇ ਚਲੇ ਜਾਊ ਸੇਮ ਇੱਥੇ ਉੱਪਰ ਚਲੇ ਜਾਊ ਇੱਕ ਇਹ ਨਾਲ ਇੱਕ ਘੱਟ ਹੋ ਕੇ this is your answer okay ਇਹ ਪ੍ਰੂਫ ਕਰਨਾ ਸੀ ਸਮ ਤਾਂ ਹੈਂਸ ਪ੍ਰੂਫ ਲਿਖ ਦੇਣਾ ਨੈਕਸਟ ਜਿਹੜਾ 22 ਸਮ ਆ ਠੀਕ ਆ ਉਹਦੇ ਵਿੱਚ ਵੀ ਤੁਸੀਂ ਐਜ਼ ਇਟ ਇਜ਼ ਸੇਮ ਇਹੀ ਫਾਰਮੂਲਾ ਅਪਲਾਈ ਹੋਣਾ ਮਾਈਨਸ ਵਾਲਾ ਤਾਂ 4x ਆ ਥੱਲੇ 1 5 ਆ 1 ਆਲਰੇਡੀ ਹੈਗਾ ਬਣਾਉਣ ਦੀ ਲੋੜ ਨਹੀਂ ਜਸਟ ਆਪਾਂ ਇਹਨੂੰ xy ਚ ਤੋੜਨਾ ਤਾਂ ਆਪਾਂ ਨੂੰ ਥੱਲੇ ਦੇਖੋ 5 ਚਾਹੀਦਾ ਤਾਂ 4 ਨੂੰ 5 ਦੇ ਵਿੱਚ ਕਿਵੇਂ ਲਿਖ ਸਕਦੇ ਆ 5 1 ਦੇਖੋ ਮਾਈਨਸ ਕਰਕੇ 4 ਹੀ ਰਹਿ ਜਾਣਾ ਤਾਂ x ਇੱਥੇ ਆਹਾਂਗੀ y ਇੱਥੇ ਆਹਾਂਗੀ ਤਾਂ tan ਇਨਵਰਸ x tan ਇਨਵਰਸ y ਦਨ ਸੋ ਡਿਫਰੈਂਸ਼ੀਅਲ ਕਰਕੇ ਸੋਲਵ ਕਰ ਲੈਣਾ ਇਹ ਵੀ ਪ੍ਰੂਫ ਕਰਨਾ ਥੋੜਾ ਆਰਾਮ ਨਾਲ ਪ੍ਰੂਫ ਆਜੂ ਨੈਕਸਟ ਜਿਹੜਾ ਇਹਦਾ 30 uh, 23 ਸਮ ਆ ਉਹਦੇ ਵਿੱਚ cos ਇਨਵਰਸ x cos ਇਨਵਰਸ y ਵਾਲਾ ਲੱਗਣਾ ਠੀਕ ਆ ਤਾਂ ਤੁਹਾਨੂੰ ਆਹ ਸਟੇਟਮੈਂਟ ਆ ਫਸਟ ਆਫ ਆਲ ਕੀ ਕਰੋ ਡਿਵਾਈਡ ਕਰ ਲਓ 5 ਨਾਲ ਠੀਕ ਆ ਸਿੰਗਲ ਸਿੰਗਲ ਥੱਲੇ ਕਰ ਲਓ ਥੈਨ ਦੇਖੋ cos ਇਨਵਰਸ xy ਦਾ ਫਾਰਮੂਲਾ ਸੀ xy 1 ਅੰਡਰਰੂਟ 1 ਸੌਰੀ ਮਾਈਨਸ ਅੰਡਰਰੂਟ 1 x² ਅੰਡਰਰੂਟ 1 y² ਥਿਸ ਮੀਨ ਆਪਾਂ ਨੂੰ xy ਚਾਹੀਦਾ ਠੀਕ ਆ ਥੈਨ ਉਹਨਾਂ ਦੇ ਦੋਨਾਂ ਦੇ ਅੰਡਰਰੂਟ ਚਾਹੀਦੇ ਆ ਤਾਂ ਹੁਣ ਇੱਥੇ 3 3/5x ਆ ਇਹਦਾ ਮਤਲਬ ਆ ਇਹਦੇ ਵਿੱਚ ਇੱਕ ਜਣਾ x ਆ ਇੱਕ ਜਣਾ y ਆ ਠੀਕ ਆ x ਨੂੰ x ਮੰਨ ਲੈਣਾ y ਨੂੰ ਆ ਵਾਲਾ ਹੁਣ ਦੇਖੋ ਪਿੱਛੇ ਤੁਹਾਡੇ ਕੋਲੇ ਆ ਤਾਂ c1 √x ਦਾ c ਪਰ ਹੋਰ √ ਦੂਜਾ ਨਹੀਂ ਸੀ 4/5 ਸੀ ਤਾਂ ਮੈਂ 4/5 ਨੂੰ √ ਚ ਲਿਖਣ ਲਈ ਕੀ ਕਰਤਾ 1 3/5 ਲਿਖਤਾ ਇਹਦਾ h² ਖੋਲੋ 9/25 ਐਲਸੀਮ ਲਮੋਂਗੇ 16/25 ਆਊਗਾ 16 ਦਾ ਹੋਲ ਸਕੁਅਰ ਕੀ ਹੁੰ ਸਕੁਅਰ ਰੂਟ ਕੀ ਹੁੰਦਾ 4 25 ਦਾ 5 ਤਾਂ 4/5 ਹੀ ਆ ਜਾਣਾ ਇਹ ਸੋਲਵ ਕਰਕੇ ਠੀਕ ਹੈ ਜਸਟ ਆ ਫਾਰਮੂਲਾ ਬਣਾਉਣ ਲਈ ਥਿਸ ਮੀਨ ਹੁਣ x ਆਹ ਹੈਗੀ ਠੀਕ ਆ y ਤੁਹਾਡੇ ਕੋਲੇ 3/5 x ਨੂੰ ਮੂਰੇ ਹੀ ਰੱਖਿਓ ਕਿਉਂਕਿ ਇਹ ਪ੍ਰੂਵ ਵਾਲਾ ਸਾਮ ਆ ਤਾਂ ਇਹ ਪ੍ਰੂਵ ਨਹੀਂ ਹੈਗਾ ਸਿੱਧਾ ਹੀ ਸਾਮ ਆ x ਨੂੰ ਤੁਸੀਂ ਵੇਰੀਏਬਲ ਚ ਰੱਖਿਓ ਡਿਫਰੈਂਸ਼ੀਅਲ ਕਰੋ ਆ ਕਨਸਟੈਂਟ ਆ 0 ਹੋਜੂ cos ਦਾ ਇਨਵਰਸ ਦਾ ਡੈਰੀਵੇਟਿਵ ਕੀ ਹੁੰਦਾ ਮਾਈਨਸ ਵਾਲਾ ਉਹ ਆ ਗਿਆ ਦਿਸ ਇ ਯੂਰ ਆਨਸਰ ਠੀਕ ਆ ਆ ਨਾਲ 3/5 ਨਹੀਂ ਆਉਣਾ ਨੈਕਸਟ ਸਾਮਾ ਤੁਹਾਡੇ ਕੋਲ 24 24 ਦੇ ਵਿੱਚ ਦੇਖੋ ਤੁਸੀਂ x ਨੂੰ tan θ ਪੁੱਟ ਕਰ ਦੇਣਾ ਤੇ 1 tan θ 1 tan θ 1 tan θ ਇਹ tan 45 θ ਦਾ ਫਾਰਮੂਲਾ ਬਣ ਜੂ ਆ ਸਿੱਧਾ ਹੀ ਸੋਲਵ ਹੋ ਜੂ ਤਾਂ ਤੁਸੀਂ ਦੇਖੋਗੇ ਦੋਨਾਂ ਨੂੰ ਸੋਲਵ ਕਰਕੇ ਬਰਾਬਰ ਆਉਂਦੇ ਆ ਜੀ ਡੈਸ਼ ਤੇ ਐਫ ਡੈਸ਼ ਤੇ ਦੋਨਾਂ ਦੀ ਮਾਈਨਸ ਕਹਿੰਦਾ π/4 ਦੇ ਬਰਾਬਰ ਸ਼ੋ ਕਰਨੀ ਆ ਤਾਂ ਦੋਨਾਂ ਨੂੰ ਮਾਈਨਸ ਕਰਿਓ ਤਾਂ ਇੱਥੇ tan⁻¹x tan⁻¹y ਵਾਲਾ ਫਾਰਮੂਲਾ ਸੈਕੰਡ ਚੈਪਟਰ ਵਾਲਾ ਅਪਲਾਈ ਕਰੋ ਠੀਕ ਹੈ then ਨੈਕਸਟ ਜਿਹੜਾ 25 ਸਮ ਆ ਮੈਂ ਸੋਲਵ ਕੀਤਾ ਤਾਂ ਦੇਖੋ ਥੋੜੀ ਕੈਲਕੂਲੇਸ਼ਨ ਹੈ ਸਮਝ ਇਹਨੂੰ ਸਿੱਧਾ ਸੋਲਵ ਕਰਨਾ ਕਿਉਂਕਿ ਇਹਦੇ ਵਿੱਚ ਕੋਈ ਟ੍ਰਿਕ ਨਹੀਂ ਲੱਗਦੀ ਇੱਥੇ x ਨਹੀਂ ਹੈ ਜਿਹੜੀ ਤੁਸੀਂ cosθ ਜਾਂ sinθ ਭਰ ਦੋਗੇ ਠੀਕ ਆ ਇੱਥੇ ab ਆ ਤਾਂ ਆ ਐਜ਼ ਇਟ ਇਜ਼ मैं इतने ए माइनस बी ए प्लस बी का फार्मूला अपलाई करता अंडर रूट कल कले -कलेते हो गया दैन इत टेन इनवर्स ठीक है की फार्मूला होंगे वन ओवर वन प्लस एक्स स्केयर वो अपलाई कियाकेयर करोंगे अंडर रूट चुकया जाए टेन का स्केयर आ गया दैन एंगल का डेरीवेटिव आनसीयम लै लो उपर चलिया जाओ इतने ए प्लस बी आ माइनस बी टेन मल्टीप्लाई ਇੱਥੇ ਦਾ ਡੈਰੀਵੇਟਿਵ ਕੀਤਾ ਆ ਤਾਂ ਕਨਸਟੈਂਟ ਐਜ਼ ਇਟ ਇਜ਼ ਹੋਊਗਾ ਟੈਨ ਦਾ ਡੈਰੀਵੇਟਿਵ ਕੀ ਹੁੰਦਾ ਸੈਕੈਂਟ ਸਕੁਅਰ ਦੈਨ ਐਂਗਲ ਦਾ x/2 ਦਾ ਕੀ ਹੁੰਦਾ 1/2 ਤਾਂ ਆ 2 ਮੂਰੇ ਆ ਗਿਆ ਅੰਡਰ ਰੂਟ a+b ਜਾਂ ਅੰਡਰ ਰੂਟ a+b ਅੰਡਰ ਰੂਟ ਕੱਟ ਕੇ a+b ਰਹਿ ਜੂ ਉੱਪਰ a+b ਹੈਗਾ ਹੀ ਆ ਆ ਮਾਈਨਸ ਵਾਲਾ ਅੰਡਰ ਰੂਟ ਇਹਦੇ ਨਾਲ ਕੱਟਿਆ ਗਿਆ ਠੀਕ ਆ ਆ ਹੁਣ ਦੋਨੇ ਕੱਟੇ ਗਏ ਤਾਂ ਉੱਪਰ ਕੀ ਬਚ ਗਿਆ ਸੈਕੈਂਟ x/2 ਤੇ ਆ ਸਾਰਾ ਠੀਕ ਆ ਦੈਨ ਟੈਨ ਨੂੰ ਚੇਂਜ ਕਰ ਲਿਆ sin/cos ਤੇ sec ਨੂੰ ਵੀ 1/cos LCM ਲਿਆ ਉੱਪਰਲੇ cos ਨਾਲ ਕੱਟਿਆ ਜੋ ਆ cos² ਇਹਦੇ ਨਾਲ ਮਲਟੀਪਲਾਈ ਕਰਵਾਇਆ ਨਾ ਹੁਣ ਇਕੱਲੇ ਇਕੱਲੇ ਨਾਲ ਮਲਟੀਪਲਾਈ ਕਰਾ ਦੇ ਠੀਕ ਆ ਮੈਂ sin ਨੂੰ ਵੀ cos ਹੀ ਬਦਲਤਾ 1-cos² ਲੈਂਦਾ ਤਾਂ ਕਿ ਸਾਰਾ cos ਚ ਆ ਜAVE ਕਿਉਂਕਿ ਆਪਾਂ ਇਹਨੂੰ ਪ੍ਰੂਫ ਕਰਨਾ a+b cos ਠੀਕ ਹੈ then ਬ੍ਰੈਕਟਸ ਨੂੰ ਓਪਨ ਕਰ ਦੋ a b ਦੋਨਾਂ ਨਾਲ ਮਲਟੀਪਲਾਈ ਸੇਮ ਆ ਬ੍ਰੈਕਟ ਦੋਨਾਂ ਨਾਲ ਮਲਟੀਪਲਾਈ ਓਪਨ ਕੀਤਾ -a ਤੇ ਆ ਪਲੱਸ ਦਾ ਸੀ ਕੱਟਿਆ ਗਿਆ ਇਹਨਾਂ ਦੋਨਾਂ ਚੋ b ਕਾਮਨ ਕੱਢ ਲਓ ਨਹੀਂ ਪਹਿਲਾਂ ਨਾ ਕੱਢੋ ਪਹਿਲਾਂ ਪਲੱਸ ਕਰ ਲਓ 2b cos² ਬਣ ਜੂ a b ਉਹ ਮੇ ਆ ਗਿਆ ਹੁਣ ਇਹਨਾਂ ਦੋਨਾਂ ਚੋ b ਬਾਹਰ ਕੱਢ ਲਓ ਪਿੱਛੇ ਕੀ ਰਹਿ ਗਿਆ 2 cos² x 2 ਤੇ -1 ਇਹ ਕਿਹਦਾ ਫਾਰਮੂਲਾ ਹੁੰਦਾ cos 2θ ਦਾ ਥਿਸ ਮੀਨ ਹੁਣ ਇੱਥੇ ਜੇ x ਆ ਤਾਂ ਇਹ ਕਿਹਦਾ ਫਾਰਮੂਲਾ x 2 ਆ ਤਾਂ ਇਹ ਕਿਹਦਾ ਫਾਰਮੂਲਾ ਬਣੂਗਾ x ਦਾ ਠੀਕ ਆ ਇਹ ਹੀ ਤੁਸੀਂ ਪ੍ਰੂਫ ਕਰਨਾ ਸੀ ਹੈਂਸ ਪ੍ਰੂਫ ਲਾਸਟ ਵਨ ਜਿਹੜੇ ਸੈਕਿੰਡ ਲਾਸਟ ਆਮਾ ਉਹਦੇ ਵਿੱਚ ਤੁਸੀਂ ਇਹਨੂੰ ਤੋੜ ਲੈਣਾ x³ ਦੀ ਸਕੁਅਰ ਚ ਇਹਨੂੰ y³ ਦੀ ਸਕੁਅਰ ਚ ਠੀਕ ਆ then x³ ਨੂੰ ਤੁਸੀਂ ਪੁੱਟ ਕਰਨਾ cos θ y³ ਨੂੰ cos φ ਇਧਰ ਫਾਰਮੂਲਾ ਬਣੂਗਾ ਠੀਕ ਆ ਇਧਰ 1 cos² ਤੁਹਾਨੂੰ ਪਤਾ sin² ਹੁੰਦਾ ਅੰਡਰ ਰੂਟ ਚ ਕੱਟਿਆ ਜਾਣਾ ਸੇਮ ਇਹਦਾ then ਡੈਰੀਵੇਟਿਵ ਕਰਕੇ ਆ ਪ੍ਰੂਫ ਆ ਜਾਣਾ ਤੁਹਾਨੂੰ ਠੀਕ ਆ ਨੈਕਸਟ ਜਿਹੜਾ ਇਹਦਾ ਲਾਸਟ ਵਨ ਆ ਸਿੱਧਾ ਡੈਰੀਵੇਟਿਵ ਹੋਊਗਾ tan ਇਨਵਰਸ ਦਾ ਸਿੱਧਾ ਕਰਕੇ ਦੈਨ ਕォਟ ਦਾ ਕਰੋਗੇ ਸੇਮ ਕォਟ ਦਾ ਸਿੱਧਾ ਕਰਕੇ ਉਸ ਤੋਂ ਬਾਅਦ ਟੈਨ ਦਾ ਇਨਵਰਸ ਦੇ ਫਾਰਮੂਲੇ ਲਾ ਦੇਣੇ ਆ ਦੈਨ ਤੁਸੀਂ ਦੇਖੋਗੇ ਵੀ ਡੈਰੀਵੇਟਿਵ ਤੇ ਉਹਦੇ ਵਿੱਚ ਪਲੱਸ 2 ਕਰਕੇ ਥੋੜਾ ਬਰਾਬਰ 0 ਦੇ ਆਉਂਦਾ ਠੀਕ ਹੈ ਲੈਫਟ ਸਾਈਡ ਲੈ ਕੇ ਇਕੁਅਲ ਟੂ ਰਾਈਟ ਕਰਵਾ ਦਿਓ ਸੇਮ ਆ ਵਾਲਾ ਸਮ ਜਸਟ ਪ੍ਰੂਫ ਕਰਵਾਉਣੀ ਆ ਤਾਂ ਇਹ ਐਕਸਰਸਾਈਜ਼ ਤੁਹਾਡੀ ਅੱਜ ਕੰਪਲੀਟ ਹੋ ਗਈ ਸਾਰਿਆਂ ਦੇ ਮੈਂ ਹਿੰਟ ਦੇਤੇ ਜਿਹੜੇ ਛੱਡੇ ਵੀ ਆ ਫਿਰ ਵੀ ਅਗਰ ਨਹੀਂ ਸੋਲਵ ਹੁੰਦੇ ਤਾਂ ਪੁੱਛ ਲਿਓ ਓਕੇ ਥੈਂਕ ਯੂ ਸੋ ਮੱਚ